ਨਹੀਂ ਹੋਵੇ, ਹਾਂ ਅਤਕਥਨੀ ਨਾ ਹੋਵੇ। ਬੰਦੂਖਾਂ ਮਦਖਾਂ ਤੋਂ ਅਸੀਂ ਥੋੜ੍ਹਾ ਜਿਹਾ ਦੂਰ ਰਹਿੰਦੇ ਹਾਂ, ਅੱਜ ਕੱਲ੍ਹ ਜ਼ਿਆਦਾ ਚੱਲਦਾ ਹੈ, ਪਰ ਫਿਰ ਵੀ ਮੈਨੂੰ ਸਾਡੀਆਂ ਸਰਕਾਰਾਂ ਨੇ ਸਾਨੂੰ ਬਹੁਤ ਰੋਕਿਆ ਹੋਇਆ ਵੀ ਹਥਿਆਰਾਂ ਵਾਲੇ ਗੀਤ ਨਹੀਂ ਗਾਉਣੇ, ਨਸ਼ੇ ਵਾਲੇ ਗੀਤ ਨਹੀਂ ਗਾਉਣੇ। ਜਿੱਥੇ ਜਾਣਾ ਇਹ ਜ਼ਰੂਰ ਕਹਿਣਾ ਵੀ ਭਾਈ ਨਸ਼ਿਆਂ ਤੋਂ ਦੂਰ ਰਹੋ, ਸਾਡੇ ਕਹੇ ਕਿਸੇ ਨੇ ਮੰਨਣਾ ਤਾਂ ਹੈ ਨਹੀਂ, ਪਰ ਫਿਰ ਵੀ ਕਹਿ ਦਈਦੇ ਵੀ ਚਲੋ ਸਾਡੀ ਡਿਊਟੀ ਹੈ ਇਹ, ਸਰਕਾਰ ਨਹੀਂ ਹੋਈ ਹੈ ਵੀ ਤੁਸੀਂ ਸਾਰੇ ਥੰਮ 'ਤੇ ਇਹ ਗੱਲ ਜ਼ਰੂਰ ਕਹਿਣੀ। ਠਾ ਠਾ ਹਰੇਕ ਥਾਂ 'ਤੇ ਹੋਈ ਜਾਂਦੀ ਹੈ, ਤੁਹਾਡੇ ਘਰੇ ਵੀ ਦੋ ਦੋ ਬੰਦੂਕਾਂ ਪਈਆਂ ਹੋਣੀਆਂ, ਮੈਨੂੰ ਲੱਗਦਾ ਕਿਸੇ ਨੇ ਨਹੀਂ ਕੱਢੀਆਂ ਹੋਣੀਆਂ। ਦਿਵਾਲੀ ਵਾਲੇ ਦਿਨ ਸਾਫ ਕਰਦੇ ਹਾਂ, ਉਹਦੇ ਕੋਈ ਪਟਾਕਾ ਪਟੂਕਾ ਪਾ ਲਉਂਦਾ ਫਿਰ ਕੀ ਕਹਿਣਾ। ਵੈਸੇ ਕੋਈ ਬੰਦਾ ਇਹਦਾ ਮੂੰਹ ਕਾਲਾ ਹੀ ਹੁੰਦਾ ਜਦੋਂ ਇਹ ਚੱਲੂਗੀ ਜਾਂ ਚੱਲੂਗਾ, ਇਹਨੇ ਕੋਈ ਚੱਜ ਦਾ ਕੰਮ ਨਹੀਂ ਕਰਨਾ ਹੁੰਦਾ। ਊਂ ਅਸੀਂ ਗੀਤਾਂ 'ਚ ਹੀ 8-9-10 ਬੰਦੇ ਮਾਰ ਜਾਈਦੇ ਨੇ, ਊਂ ਤਾਂ ਬਹੁਤ ਔਖਾ ਕੰਮ ਹੈ। ਬੰਦਾ ਬੁੰਦਾ ਮਾਰਨਾ ਤਾਂ 10 ਮਿੱਤਰਾਂ ਦੀ ਅੱਜ ਲਾਲ ਹੈ, ਅੱਖ ਤਾਂ ਲਾਲ ਮੱਛਰ ਪੈ ਕੇ ਵੀ ਹੋ ਜਾਂਦੀ ਹੈ। ਅੱਖ ਕਈ ਚੀਜ਼ਾਂ ਹੋਰ ਹੁੰਦੀਆਂ, ਖਾਣ ਨਾਲ ਵੀ ਹੋ ਜਾਂਦੀ ਹੈ, ਕਈ ਚੀਜ਼ਾਂ ਦੇ ਖਾਣ ਨਾਲ ਹੋ ਜਾਂਦੀ ਅੱਖ ਲਾਲ। ਇਹਦਾ ਕੀ ਅੱਖ ਦਾ ਲਾਲ, ਅਤੇ ਬੰਦੇ ਦਾ ਕੀ ਹੈ, ਮਹਿੰਗਾਈ ਨਹੀਂ ਮਾਰ ਛੱਡਿਆ। ਵੈਸੇ ਵੀ ਗਰਮੀ ਬਹੁਤ ਹੈ, ਕਿਸੇ ਨੂੰ ਵੀ ਧੱਕਾ ਮਾਰ ਦਿਓ ਬੰਦਾ ਮਰ ਜਾਂਦਾ, ਬੰਦੇ ਮਾਰਨ ਵਾਲੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ, ਬੰਦਾ ਵੀ ਮਰ ਜਾਂਦਾ, ਅੱਖ ਵੀ ਲਾਲ ਹੋ ਜਾਂਦੀ ਹੈ, ਅਤੇ ਜਿਹੜੀ ਪੁਲਿਸ ਥਾਂ ਲਾਲ ਕਰਦੀ ਹੈ ਮੁੜ ਕੇ ਸਾਰੀ ਉਮਰ ਚਿੱਟਾ ਨਹੀਂ ਹੁੰਦਾ ਉਹ ਥਾਂ। ਇਸ ਕਰਕੇ ਬੰਦੇ ਮਾਰਨ ਵਾਲੀਆਂ ਗੱਲਾਂ ਨਾ ਕਰਿਆ ਕਰੋ। ਮੁੰਡਿਆਂ ਫਰੀਦਕੋਟ ਜਾਂ ਸ਼ੁਰੂ ਕਰਦੇ ਹਾਂ, ਆਸ ਹੈ ਪਸੰਦ ਕਰੋਗੇ। ਆਓ ਜੀ ਮਨੋਰੰਜਨ ਦਾ। ਹੁਣ ਤਾਂ ਬੱਚੇ ਬੱਚੇ ਕੋਲੇ ਰੇਡੀਓ ਪਹੁੰਚ ਗਿਆ, ਬੱਚੇ ਕੋਲ ਟੀਵੀ, ਹੱਥ 'ਚ ਹੀ ਸਾਰਾ ਕੁਛ ਆ ਗਿਆ। ਸਾਡੀਆਂ ਬੀਬੀਆਂ ਬੈਠੀਆਂ ਨੇ, ਜਦੋਂ ਨੈੱਟ ਆਇਆ ਨਾ ਉਦੋਂ ਯੱਬ ਹੋਰ ਪੈ ਗਿਆ, ਜਦੋਂ ਟੀਵੀ ਆ ਗਿਆ ਉਹ ਭਾਵੇਂ ਯੂਪੀ ਹੈ ਜਿੱਥੇ ਪੰਜਾਬੀ ਬੈਠੇ ਨੇ, ਫਿਰ ਜਵਾਕ ਸੋਹਣੇ ਪੈਦਾ ਹੋਣ ਲੱਗ ਗਏ। ਹਾਂ ਇੱਕ ਏਰੀਆ ਨਹੀਂ ਰਹਿ ਗਿਆ, ਭਾਵੇਂ ਮਲੋਟ ਦੇ ਹੋਣ, ਭਾਵੇਂ ਢਾਬਾਂ ਦੇ ਹੋਣ, ਭਾਵੇਂ ਰਾਜਸਥਾਨ ਦੇ ਹੋਣ, ਯਾਰ ਜਵਾਕ ਇੰਨੇ ਸੋਹਣੇ ਪੈਦਾ ਹੋਣ ਲੱਗ ਗਏ, ਇੱਕ ਦੂਜੇ ਨੂੰ ਵੇਖ ਵੇਖ ਹੀ ਸੋਹਣੇ ਪੈਦਾ ਹੋਈ ਗਏ ਨੇ। ਹਾਂ ਆ ਜਦੋਂ ਨੈੱਟ ਆਇਆ 20 ਸਾਲ ਪਹਿਲਾਂ ਉਦੋਂ ਥੋੜ੍ਹਾ ਜਿਹਾ ਚੱਕਰ ਪੈ ਗਿਆ ਵਿੱਚ। ਪਹਿਲਾਂ ਜ਼ਮਾਨਾ ਹੁੰਦਾ ਸੀ ਜਦੋਂ ਸਾਡੇ ਘਰੇ ਜਵਾਕ ਦੀ ਆਸ ਉਮੀਦ ਹੁੰਦੀ ਸੀ, ਫਿਰ ਸੋਹਣੀ ਜੀ ਕਾਕੇ ਦੀ ਫੋਟੋ ਲਿਆ ਕੇ ਲਾ ਦਿੰਦੇ ਸੀ, ਹੋਏ 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 ਬਸ ਇਹੋ ਜਿਹੀ ਹੋ ਜਾਏ। ਹਾਂ ਬਸ ਇਹੋ ਜਿਹੀ ਬੁੜੀਆਂ ਮੱਥੇ ਲੱਗਦਾ ਰਹਿੰਦਾ ਸੀ। ਬਜ਼ੁਰਗਾਂ ਦੀ ਫੋਟੋ ਲਾਉਂਦੇ ਹੁੰਦੇ ਸੀ ਵੀ ਆਉਣ ਵਾਲਾ ਜਵਾਕ ਪਰਿਵਾਰ ਦੇ ਨਕਸ਼ੇ ਹੋਣ, ਸਾਹਿਬਜ਼ਾਦਿਆਂ ਦੀ ਫੋਟੋ ਲਾਈ ਜਾਂਦੀ ਸੀ ਵੀ ਆਉਣ ਵਾਲਾ ਬੱਚਾ ਸਿੱਖੀ ਸਰੂਪ ਦਾ ਹੋਵੇ, ਅਤੇ ਹੁਣ ਹੁਣ ਨਾ ਸਾਹਿਬਜ਼ਾਦਿਆਂ ਦੀ ਫੋਟੋ ਲੱਗਦੀ ਹੈ, ਨਾ ਬਜ਼ੁਰਗਾਂ ਦੀ ਲੱਗਦੀ ਹੈ, ਨਾ ਸੋਹਣੇ ਕਾਕੇ ਦੀ, ਐਡਵਾਂਸ ਹੋ ਗਏ ਨੇ ਲੋਕ, ਜਾਨਵਰਾਂ ਦੀਆਂ ਫੋਟੋਆਂ ਲਾਉਣ ਲੱਗ ਗਏ। ਆ ਚਾਰ ਕੁ ਡਿੱਗੇ ਜੇ ਕਰਨ ਵਾਲੇ ਕੁੱਤੇ ਐਂ ਬੈਠੇ, ਇੱਕ ਠਿੱਪੇ ਜੇ ਮੂੰਹ ਵਾਲਾ ਉਹ ਐਂ ਨੂੰ ਬੈਠਾ, ਹਾਂ ਦੋ ਗਧੇ ਸਵਾਹ 'ਚ ਲਿਟੀ ਜਾਂਦੇ ਨੇ। ਇਹੋ ਜਿਹੀਆਂ ਫੋਟੋਆਂ ਹੁਣ ਜਦੋਂ ਫਿਰ ਜਵਾਕ ਪੈਦਾ ਹੁੰਦਾ ਅਤੇ ਬੁੜੀਆਂ ਪੰਜੀਰੀ ਲੈ ਕੇ ਜਾਂਦੀਆਂ, ਉੱਧਰ ਉੱਧਰ ਹੀ ਕੂਣੀਆਂ ਮਾਰ ਮਾਰ ਗੱਲਾਂ ਕਰਦੀਆਂ, ਅੜੀਏ ਕੰਨ ਕਿਹਦੇ 'ਤੇ ਗਏ, ਨਾ ਦਾਦਕਿਆਂ 'ਤੇ ਅਤੇ ਨਾ ਨਾਨਕਿਆਂ 'ਤੇ ਹੈ। ਇਸ ਕਰਕੇ ਬਜ਼ੁਰਗਾਂ ਕੋਲ ਬੈਠਿਆ ਕਰੋ, ਆਉਣ ਵਾਲੀਆਂ ਨਸਲਾਂ 'ਚ ਸੁਧਾਰ ਹੋ ਸਕੇ। ਮੁੰਡਿਆਂ ਫਰੀਦਕੋਟ ਯਾਰ ਲਾਉਣੀ ਸੁੱਕ ਚੱਲ ਪੌੜੀ ਪੈਂਦੀ ਰੱਖ ਕੇ ਤਲੀ ਦੀ ਉੱਤੇ ਜਾਣ ਬੰਦੀਏ,
लाउणी सौखी तेन घोड़ी पीती रख के दली दी उत्ते जाण बल्लीए जान बलिए।